ਉਹ ਵੋਟਾਂ ਸਾਰੀਆਂ ਤੈਨੂੰ ਪਾਈਆਂ ਵੇ ਝੰਡੀਆਂ, ਲਓ ਜੀ ਸਰਪੰਚ ਗੀਤ। ਮੈਂ ਅੱਜ ਤੋਂ 15 ਕੁ ਸਾਲ ਪਹਿਲਾਂ ਆਪਣੇ ਪਿੰਡ ਦਾ ਸਰਪੰਚ ਬਣ ਗਿਆ ਅਤੇ ਹੈਪੀ ਕੈਰੋ ਨੇ ਮੈਨੂੰ ਵੋਟਾਂ ਪਾਈਆਂ, 8 ਸੀ ਵੋਟਾਂ, 8, ਅਤੇ ਆਸਾਨ ਜਤਾਉਣ ਡਿਆ ਵੀ ਮੈਨੂੰ ਆਹ ਵੀ ਚੀਜ਼ ਲੈ ਕੇ ਦਿਓ, ਮੈਨੂੰ ਆਹ ਵੀ ਲੈ ਕੇ ਦਿਓ, ਅਤੇ ਮੈਂ ਉੱਜੜੀ ਗਿਆ ਉਹਦੇ ਪਿੱਛੇ, ਮੈਂ ਉੱਜੜ ਗਿਆ। ਅਤੇ ਮੈਨੇ ਰੋਜ਼ ਹੀ 15 ਸਾਲ ਪਹਿਲਾਂ ਸਰਪੰਚ ਬਣਿਆ ਅਤੇ ਅਗਲੇ 5 ਸਾਲ ਆਏ ਉਹ ਲੋਕਾਂ ਮਿਸ ਕਰਤਾ ਵੀ ਚੱਲ ਦਿਖਾਓ ਤੂੰ ਲੈ ਕੇ ਨਹੀਂ ਗਾ ਕੰਮ ਦੇ, ਐਰਕਾ ਫਿਰ ਦਾ ਲੱਗ ਗਿਆ, ਐਰਕਾ ਫਿਰ ਬਣ ਗਏ। ਅਤੇ 15 ਸਾਲ ਪੁਰਾਣੀ ਗੱਲ ਕਰੀਏ, ਦੱਸੀ ਇਹਨਾਂ ਨੂੰ ਵੀ ਤੂੰ ਲਾਂਭਾ ਲੈ ਕੇ ਆਈ ਮੇਰੇ ਕੋਲ ਅਤੇ ਮੈਂ ਜਿਹੜੀਆਂ ਚੀਜ਼ਾਂ ਦਿੱਤੀਆਂ ਉਹ ਮੈਂ ਦੱਸੀਆਂ ਤੈਨੂੰ, ਇਹਨਾਂ ਨੂੰ ਫਿਰ ਦੱਸ ਦਿੰਦੇ ਹਾਂ, ਠੀਕ ਹੈ? ਓਕੇ ਵੋਟਾਂ ਸਾਰੀਆਂ ਤੈਨੂੰ ਪਾਈਆਂ ਵਾ ਝੰਡੀਆਂ ਤੇਰੇ ਨਾਂ ਦੀਆਂ ਲਾਈਆਂ, ਵੋਟਾਂ ਸਾਰੀਆਂ ਤੈਨੂੰ ਪਾਈਆਂ ਵਾ ਝੰਡੀਆਂ ਤੇਰੇ ਨਾਂ ਦੀਆਂ ਲਾਈਆਂ, ਮੋਹਰਾ ਠੋਕ ਠੋਕ ਕੇ ਲਾਈਆਂ, ਮੋਹਰਾ ਠੋਕ ਠੋਕ ਕੇ ਲਾਈਆਂ, ਤੇਰਾ ਨਿਸ਼ਾਨ ਸੀ ਕੈਂਚੀ ਦਾ, ਮੋਹਰਾ ਠੋਕ ਠੋਕ ਕੇ ਲਾਈਆਂ, ਤੇਰਾ ਨਿਸ਼ਾਨ ਸੀ ਕੈਂਚੀ ਦਾ, ਵੇ ਸਾਨੂੰ ਫਾਇਦਾ ਕੀ ਹੋਇਆ ਤੇਰੀ ਸਰਪੰਚੀ ਦਾ, ਵੇ ਸਾਨੂੰ ਫਾਇਦਾ ਕੀ ਹੋਇਆ ਤੇਰੀ ਸਰਪੰਚੀ ਦਾ। ਦੱਸ ਦਈਏ? ਹਾਂਜੀ ਦੱਸ ਦਿਓ। ਪਹਿਲੋ ਕੋਠਾ ਤੇਰਾ ਪਵਾਇਆ ਨੇ, ਦੂਜਾ ਬਾਥਰੂਮ ਬਣਵਾਇਆ, ਪਹਿਲੋ ਕੋਠਾ ਤੇਰਾ ਪਵਾਇਆ ਨੇ, ਦੂਜਾ ਬਾਥਰੂਮ ਬਣਵਾਇਆ, ਤੀਜਾ ਕਰਜ਼ਾ ਪਾਸ ਕਰਾਇਆ ਪੂਰਾ 60,000 ਕੁੜੇ, ਬਿਨਾਂ ਗੱਲ ਤੋਂ ਤਾਨੇ ਨਾ ਸਰਪੰਚ ਨੂੰ ਮਾਰ ਕੁੜੇ, ਬਿਨਾਂ ਗੱਲ ਤੋਂ ਤਾਨੇ ਨਾ ਸਰਪੰਚ ਨੂੰ ਮਾਰ ਕੁੜੇ। ਪੈਸੇ ਦੇਖ ਕੇ ਚੇਤਨ ਸਾਡਾ ਡੋਲਿਆ ਵੇ, ਸਾਰਿਆਂ ਨਾਲ ਪਹਿਲਾਂ ਤੈਨੂੰ ਮੈਲਡੀਆਂ ਨਾਲ ਤੋਲਿਆ ਵੇ, ਦੂਜੀ ਧਿਰ ਦੇ ਪੈਸੇ ਦੇਖ ਕੇ ਚੇਤਨ ਸਾਡਾ ਡੋਲਿਆ ਵੇ, ਸਾਰਿਆਂ ਨਾਲ ਪਹਿਲਾਂ ਤੈਨੂੰ ਮੈਲਡੀਆਂ ਨਾਲ ਤੋਲਿਆ ਵੇ, ਤੇਰੇ ਪਿੱਛੇ ਖਰਚਾ ਕੀਤਾ, ਤੇਰੇ ਪਿੱਛੇ ਖਰਚਾ ਕੀਤਾ ਪੂਰੇ 135 ਦਾ, ਵੇ ਸਾਨੂੰ ਫਾਇਦਾ ਫਸ ਗਈ ਆਣ ਕੇ ਇੱਥੇ, ਬਣ ਗਈ ਗੱਲ। ਹਾਂਜੀ ਅੱਛਾ ਵੀ 3500 ਦੇ ਲੱਡੂ ਲਿਆਉਂਦੇ ਤੇ ਮੈਨੂੰ ਤੋਲਿਆ, ਠੀਕ ਹੈ ਓਕੇ ਹਾਂ, ਅਤੇ 3500 ਦੇ ਲੱਡੂ ਕਿੰਨੇ ਆਉਂਦੇ ਆ? 27 ਨਹੀਂ ਹੁਣ ਉਹ ਰਿਕਾਰਡ ਕੀ ਗੱਲ, 27 ਜਾਂ 28 ਕਿਲੋ 3500 ਲੱਡੂ ਇੰਨੇ ਕੀ ਆ? ਇੱਧਰ ਆਓ, ਇੱਧਰ ਗੱਲ ਸੁਣ, ਇਹਨੂੰ ਲੈਣ ਘੱਲਿਆ ਸੀ ਢਿੱਡ ਕੱਢਿਆ ਨੂੰ ਗੁਜਰਾਂ ਦੇ ਕੱਟੇ ਵਰਗਾ ਗਾਂਹ ਮੇਰਾ। ਅੱਛਾ ਇਹ ਕੌਣ ਆ, ਕੀ ਲੱਗਦੀ ਤੇਰੀ?
ਮੰਮੀ ਠੀਕ ਹੈ ਬਹਿ ਜਾ ਹੁਣ ਬਹਿ ਜਾ। ਅੱਛਾ ਇਹਨੂੰ ਲੱਡੂ ਲੈਣ ਘੱਲਿਆ, ਚੱਲ ਇਹਨੂੰ ਘੱਲਿਆ ਸਹੀ। ਕਿੰਨੇ ਪੈਸੇ ਦਿੱਤੇ? 3500 ਦਿੱਤਾ ਨਾ। ਹੈਲੋ 3500, ਹਾਂ 3500 ਲੱਡੂ ਹੁੰਦੇ 27-28 ਕਿਲੋ, ਅਤੇ ਮੇਰਾ ਭਾਰ ਹੈਗਾ 85 ਕਿਲੋ, ਅਤੇ ਨਾਲ ਆ ਪੈ ਗਈ ਹੈ ਨਾ। ਹੁਣ ਸਾਰਾ ਝੂਠ ਆ, ਹੁਣ ਤੇਰੀ ਗੱਲ ਨਹੀਂ ਸੁਣਨੀ, ਹੁਣ ਮੈਂ ਗੱਲ ਕਰਨ ਲੱਗਾ। ਹਾਂ ਮੁੰਡੇ ਤੇਰੇ ਦੀ ਪੈਨਸ਼ਨ ਲਾ ਤੀ, ਫੋਕਾ ਰੋਹਬ ਵਖਾਉਣੀ ਏ। ਇਹਦੀ ਪੈਨਸ਼ਨ ਲਵਾਈ ਮੈਂ, ਇੱਥੋਂ ਦਾ ਪਵਾੜਾ ਪਿਆ। ਹੁਣ ਬਾਦਲ ਸਾਹਿਬ ਕਹਿੰਦੇ ਵੀ ਇਹ 70 ਸਾਲ ਦਾ 65-60 ਸਾਲ ਦੇ ਬੁੱਢਿਆਂ ਦੀ ਪੈਨਸ਼ਨ ਲਵਾਓ, ਅਤੇ ਮੈਂ ਆਪਣਾ ਬੇੜਾ ਅਬਰ ਕੀਤਾ ਤੇਰੇ ਪਿੱਛੇ ਲਾ ਕੇ, ਮੈਂ ਇਹਦੀ ਪੈਨਸ਼ਨ ਲਵਾ ਤੀ। ਇਹ ਹੈਗਾ ਸਾਲਾ 22 ਸਾਲ ਦਾ, ਉਹਦਾ ਜਾ ਪੁੱਡਿਆ ਜੋ ਲੋਹ ਦਾ ਤਿੰਨਾਂ ਜਾਣਿਆਂ ਦਾ, ਅਤੇ ਇਹਦੀ ਪੈਨਸ਼ਨ ਲੱਗ ਗਈ। ਇਹਦੀ ਪੈਨਸ਼ਨ ਪਵਾੜਾ ਪੈ ਗਿਆ ਪਿੰਡ 'ਚ, ਅਤੇ ਮੈਂ ਉਹ ਅਗਲੇ ਦੀ ਹਾਰ ਗਿਆ। ਐਰਕਾ ਫਿਰ ਮਿੰਤਾ ਤਰਲੇ ਕਰਕੇ ਜਿੱਤੇ ਆਪਾਂ, ਠੀਕ ਹੈ। ਅਤੇ ਇਹਦੀ ਪੈਨਸ਼ਨ ਲੱਗੀ, ਅਤੇ ਜਿਹੜਾ ਇੱਕ ਹੋਰ ਕੰਮ ਕਰਵਾਇਆ ਐਡਾ ਵੱਡਾ ਤੂੰ ਮੇਰੇ ਕੋਲੋਂ, ਓਏ ਉਹ ਗੱਲ ਸੁਣ, ਓਏ ਤੂੰ ਵੀ ਸੁਣ। ਉਹ ਮੁੰਡੇ ਤੇਰੇ ਦੀ ਪੈਨਸ਼ਨ ਲਾ ਤੀ, ਫੋਕਾ ਰੋਹਬ ਵਖਾਉਣੀ ਏ। ਨੀ ਕੁੜੀ ਤੇਰੀ ਪਿੰਡ ਬਾਦਲ ਪੜਦੀ, ਹੋਰ ਦੱਸ ਕੀ ਚਾਹੁੰਦੀ ਏ। ਉਹ ਮੁੰਡੇ ਤੇਰੇ ਦੀ ਪੈਨਸ਼ਨ ਲਾ ਤੀ, ਫੋਕਾ ਰੋਹਬ ਵਖਾਉਣੀ ਏ। ਉਹ ਕੁੜੀ ਤੇਰੀ ਪਿੰਡ ਬਾਦਲ ਪੜਦੀ, ਹੋਰ ਦੱਸ ਕੀ ਚਾਹੁੰਦੀ ਏ। ਭੱਜੀ ਐਵੇਂ ਮੇਰੇ ਕੋਲ ਜੇ ਚੜੇ ਬੁਖਾਰ ਕੁੜੇ, ਬਿਨਾ ਗੱਲ ਤੋਂ ਤੁਹਾਡੇ ਨਾਲ ਸਰਪੰਚ ਬੁਖਾਰ ਕੁੜੇ, ਨਿਕੜਾ ਗੱਲ ਤੋਂ ਤੁਹਾਡੇ ਨਾਲ ਸਰਪੰਚ ਬੁਖਾਰ ਕੁੜੇ। ਵਿੱਚੋਂ ਸਾਡੀ ਇੱਕ ਗਈ ਨਾ ਪਾਸੇ ਵੇ, ਤੇਰੇ ਵਿੱਚ ਲੜਦੇ ਰਸੜ ਫੜ ਕੇ ਮੁੰਡੇ ਕਟਾਸੇ ਵੇ। ਅੱਠਾਂ ਵੋਟਾਂ ਵਿੱਚੋਂ ਸਾਡੀ ਇੱਕ ਗਈ ਨਾ ਪਾਸੇ ਵੇ, ਤੇਰੇ ਪਿੱਛੇ ਲੜਦਾ ਰਸੜ ਫੜ ਕੇ ਮੁੰਡੇ ਗੰਡਾਸੇ ਵੇ। ਵੋਟਾਂ ਵੇਲੇ ਸਿਰ ਪਾੜ ਗਿਆ, ਵੋਟਾਂ ਵੇਲੇ ਸਿਰ ਪਾੜ ਗਿਆ ਸਾਡੇ ਰਿੰਪੀ ਦਾ। ਸਾਨੂੰ ਕਹਿੰਦਾ ਕੀ ਹੋਇਆ ਤੇਰੀ ਸਰਪੰਚੀ ਦਾ, ਤੇ ਸਾਨੂੰ ਕਹਿੰਦਾ ਕੀ ਹੋਇਆ ਤੇਰੀ ਸਰਪੰਚੀ ਦਾ। ਉਹ ਤੇਲ ਮਿੱਟੀ ਦਾ ਤੈਨੂੰ ਮਿਲਦਾ ਨਾਲੇ ਦਾਲ ਤੇ ਦਾਣੇ, ਘਰ ਵਾਲਾ ਤੇਰਾ ਸੁੱਤਾ ਰਹਿੰਦਾ ਰੱਖ ਕੇ ਬਾਂਸ ਰਾਣੇ। ਉਹ ਤੇਲ ਮਿੱਟੀ ਦਾ ਤੈਨੂੰ ਮਿਲਦਾ ਨਾਲੇ ਦਾਲ ਤੇ ਦਾਣੇ, ਘਰ ਵਾਲਾ ਤੇਰਾ ਸੁੱਤਾ ਰਹਿੰਦਾ ਰੱਖ ਕੇ ਬਾਂਸ ਰਾਣੇ। ਬਾਦਲ ਦੇ ਖਾ ਖਾ ਛੋਲੇ ਛੋਲੇ। ਅੱਛਾ ਬਾਦਲ ਛੋਲੇ ਨਹੀਂ ਵੰਡੇ, ਹੁਣ ਭਟੂਰੇ ਖਾ ਲਓ। ਉਹ ਸੁੱਖ ਜਿਹੜਾ ਛੱਜੂ ਦੇ ਚਵਾਰੇ, ਮੇਰਾ ਢਿੱਡ ਲੱਗ ਨਾ ਲਗਾ, ਮੈਂ ਨਹੀਂ ਖਾਧੇ, ਜੋ ਵੀ ਉਹ ਖਾ ਗਿਆ ਹੱਸਣ ਡਿਆ ਵੇ। ਬਾਦਲ ਦੇ ਖਾ ਖਾ ਛੋਲੇ, ਤੇਰਾ ਵੱਧ ਗਿਆ ਭਾਰ ਕੁੜੇ। ਉਹ ਬਿਨਾ ਗੱਲ ਤੋਂ ਧਾਨੇ ਨਾ ਸਰਪੰਚ ਨੂੰ ਹਾਰ ਕੁੜੇ, ਗੱਲ ਤੋਂ ਧਾਨੇ ਨਾ ਸਰਪੰਚ ਨੂੰ ਹਾਰ ਕੁੜੇ। ਸਾਨੂੰ ਫਾਇਦਾ ਕੀ ਹੋਇਆ ਤੇਰੀ ਸਰਪੰਚੀ ਦਾ, ਉਹ ਬਿਨਾ ਗੱਲ ਤੋਂ ਧਾਨੇ ਨਾ ਸਰਪੰਚ ਨੂੰ ਹਾਰ ਕੁੜੇ। ਸਾਨੂੰ ਫਾਇਦਾ ਕੀ ਹੋਇਆ ਤੇਰੀ ਸਰਪੰਚੀ।